हेलो जी, सत श्री अकाल जी। होर तुहाडा की हाल चाल आ? उम्मीद करदे हां तुसीं सारे ठीक होवोगे। प्लीज़ मेरी अज दी वीडियो इंडियन गाजरां आलू ते मटर आपां बनाउण गे सब्जी। ते पहले मैं तुहानूं पुछ के दिखाया सीगा कि आपां सब्जी बना रहे सीगे आलू बताऊ दी, दो इकट्ठियां बना के रखणियां आपां सब्जियां, इस करके मैं वो बना चुकी हूँ। मैं कढ दित्ती आ, हुण बना आपां पाउण गे इहदे च तेल। आ ਘੇ ਜਿਹਨੂੰ ਕਹਿ ਦਿੰਦੇ ਆ ਫਾਈਲ, ਯਾਨੀ ਕਿ ਉਹ ਪਾਉਣ ਲੱਗੇ ਆ। ਇਹ ਪਾ ਦਿੱਤਾ ਆਪਾਂ। ਆਹ ਹੈਗਾ ਮੇਰਾ, ਦੇਖੋ ਇੱਧਰ ਆਹ ਹੈਗਾ ਆਪਣੀ ਸਾਰਾ ਕੁਛ, ਖੰਡ, ਜੀਰਾ, ਉਹ ਸੋਰੀ ਮਿੱਠੀ ਇਲਾਚੀਆਂ, ਲੌਂਗ, ਚਾਹ ਪੱਤੀ, ਸਾਰਾ ਕੁਛ ਮੇਰਾ ਸਮਾਨ ਰੱਖਿਆ ਹੋਇਆ। ਇੱਥੇ ਮੇਰਾ ਚਾਹ ਦਾ ਟਿਫਨ ਹੁੰਦਾ ਲੱਗੇ, ਠੀਕ ਹੈ। ਹੁਣ ਪਾਉਣ ਲੱਗੇ ਆਪਾਂ ਆਹ, ਦੇਖੋ ਇੱਧਰ ਇਹਦੇ ਹੈਗਾ ਇੱਕ ਪਿਆਜ਼, ਪੰਜ ਛੇ ਗੰਢੀਆਂ ਲਸਣ ਦੀਆਂ, ਇੱਕ ਟਮਾਟਰ, ਚਾਰ ਪੰਜ ਮਿਰਚਾਂ, ਥੋੜ੍ਹਾ ਜਿਹਾ ਅਦਰਕ। ਆਹ ਹੈਗੇ ਆ ਮਟਰ, ਰੈੱਡ ਗਾਜਰਾਂ ਔਰ ਆਲੂ, ਠੀਕ ਹੈ। ਇਹ ਹੁਣ ਪਾਉਣ ਲੱਗੇ ਆਪਾਂ ਪਹਿਲਾਂ ਪਿਆਜ਼। ਜੇ ਤੁਸੀਂ ਨਵੇਂ ਮੇਰੀ ਵੀਡੀਓ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਠੀਕ ਹੈ। ਐਂਡ ਤੱਕ ਵੀਡੀਓ ਦੇਖਿਆ ਕਰੋ ਮੇਰੀ, ਠੀਕ ਹੈ। ਪਲੀਜ਼ ਮੈਨੂੰ ਵੀਡੀਓ ਦੇਵੋ, ਸਬਸਕ੍ਰਾਈਬ ਕਰੋ। ਆਹ ਬਣੀ ਆਪਾਂ ਜਿਹੜੀ ਸਬਜ਼ੀ, ਤੁਹਾਨੂੰ ਦਿਖਾ ਦਿੰਦੀ ਹਾਂ ਇਹ ਵੀ, ਇਹ ਆਪਾਂ ਬਣਾ ਕੇ ਕੱਢ ਲਈ ਆ। ਦੇਖ ਲਓ ਆਲੂ ਬਤਾਊ ਬਣ ਗਏ, ਦੇਖੋ ਇਹ ਕੱਢ ਲਈ ਆਪਾਂ, ਠੀਕ ਹੈ। ਇਹ ਆਪਾਂ ਕੱਢ ਕੇ ਰੱਖ ਲਈ, ਠੀਕ ਹੈ। ਹੁਣ ਬਣਾਉਂਗੇ ਆਪਾਂ ਉਹ ਚੱਜ ਮੈਂ ਧਨੀਆ ਪਾਉਣਾ ਕੱਟ ਕੇ, ਹੁਣ ਥੋੜ੍ਹੀ ਪਾਵਾਂਗੇ ਮੇਥੀ ਆਪਾਂ, ਸਾਰੇ ਮਸਾਲੇ। ਪਤਾ ਮੇਰੀ ਬੋਡੀ ਦੀ ਪਾਣੀ ਮਿਲ ਗਈ, ਬਹੁਤ ਜ਼ਿਆਦਾ ਮੈਂ ਪੀ ਲਿਆ ਪਾਣੀ, ਟੂ ਮੱਚ ਪੀ ਲਿਆ ਮੈਂ ਪਾਣੀ। ਉਹ ਫਿਰ ਦਿਨ ਪਾਣੀ ਦਾ ਮੂੰਹ ਪੀ ਜਾਂਦਾ ਅੱਜ, ਉਹਨਾਂ ਰਾਤ ਨੂੰ ਦਵਾਈ ਖਾਧੀ ਸੀ ਕੋਲਡ ਦੀ, ਤਾਂ ਤੁਹਾਨੂੰ ਪਤਾ ਨਹੀਂ ਕੀ ਹੈ ਕੀ ਦਵਾਈ। ਆਪਣੀ ਬੋਡੀ ਆਪਾਂ ਨੂੰ ਦੱਸ ਦਿੰਦੀ ਆ ਜਿਹੜੀ ਚੀਜ਼ ਦੀ ਘੱਟ ਆ, ਬੜੀ ਮੰਗਦੀ ਆ ਜਿਹੜੀ ਚੀਜ਼ ਆਪਣੀ ਕਮੀ ਹੈ ਨਾ, ਸਰੀਰ ਤੋਂ ਬੋਡੀ ਦੱਸ ਦਿੰਦੀ ਆ ਕਿ ਤੁਹਾਡੀ ਬੋਡੀ 'ਚ ਆਹ ਚੀਜ਼ ਹੈ, ਆਹ ਤੁਸੀਂ ਲਵੋ ਪ੍ਰੋਪਰ। ਹੁਣ ਪਾ ਦੇਣਾ ਆਪਾਂ ਇਹਦੇ 'ਚ ਟਮਾਟਰ ਔਰ ਲਸਣ ਜੋ ਵੀ ਹੈਗਾ ਆ ਨਾਲ ਇਕੱਠਾ ਹੀ। ਅਤੇ ਸਬਜ਼ੀਆਂ ਬਣਾਉਣੀ ਬਹੁਤ ਆਸਾਨ ਆ, ਇਹ ਗਾਜਰਾਂ ਗੁੱਜੀਆਂ ਵੀ ਹੈਗੀਆਂ ਇੱਧਰ ਦੀਆਂ, ਪਰ ਉਹ ਇਹਨਾਂ ਦਾ ਟੇਸਟ ਅੱਡ ਆ, ਉਹਨਾਂ ਦਾ ਅੱਡ ਆ। ਉਹ ਮੈਨੂੰ ਹੱਸਣ ਕਹਿੰਦੇ ਲੈ ਨਹੀਂ ਉਹ ਗਾਜਰਾਂ ਖਾਣੀਆਂ ਨਾ ਮੈਨੂੰ ਬਣਾਈ, ਇਸ ਕਰਕੇ ਅੱਧਿਆਂ ਨੇ ਆਲੂ ਬਤਾਊ ਖਾਣੇ ਆ, ਅੱਧਿਆਂ ਨੇ ਇਹ ਖਾਣੇ ਆ, ਅੱਧਿਆਂ ਦੀ ਦਾਲ ਪਈ ਆ। ਆਹ ਦੇਖੋ ਅੱਧੇ ਦਾਲ ਖਾਣਗੇ, ਦੇਖੋ ਅੱਡੋ ਅੱਡੇ ਸਾਡੇ ਘਰ ਇੱਕ ਪਸੰਦ ਆ, ਇੱਕ ਪਸੰਦ ਵੀ ਹੈਗੀ, ਠੀਕ ਹੈ। ਆਪਾਂ ਫਿਰ ਤੜਕਾ ਲਾ ਕੇ ਆਪਾਂ ਬਣਾ ਲੈਂਦੇ ਸਬਜ਼ੀ, ਥੋੜ੍ਹੀ ਆਪਾਂ ਪਾਉਣੀ ਸਾਡੀ, ਠੀਕ ਹੈ। ਇਹ ਜੀ ਆਪਾਂ ਪਹਿਲਾਂ ਲੂਣ ਪਾ ਦਿੰਦਾ ਹਾਂ ਕਿ ਉਹ ਟਮਾਟਰ ਛੇਤੀ ਗਲ ਜਾਵੇ, ਸਵਾਦ ਮੁਤਾਬਕ, ਠੀਕ ਹੈ। ਸਬਜ਼ੀ ਦੇ ਰਿਕਾਰਡ ਜਿਵੇਂ ਕਿ ਆਪਾਂ ਸਬਜ਼ੀ ਖਾਂਦੇ ਹਾਂ ਉਨਾ ਹੀ ਪਾਉਣਾ ਹੈ, ਵੱਧ ਨਹੀਂ, ਠੀਕ ਹੈ। ਫਿਰ ਬਾਲਾਂ ਲੈ ਲਿਆ ਆਪਾਂ ਫੁਲਕੇ, ਉਹਦਾ 5 ਮਿੰਟ ਰੱਖਦੇ ਸਰ ਫੁਲਕੇ ਬਣਾਉਣ ਨੂੰ, ਦੋ ਤਾਂ ਰੱਖ ਕੇ ਨਾ ਅਸੀਂ ਛੇਤੀ ਛੇਤੀ ਬਣਾ ਲਈਦੇ ਆ, ਮਿੰਟ ਲੱਗਦਾ। ਫੈਕਟਰੀ ਚੱਲੇ ਲੂਣ ਦਾ ਇੰਨਾ ਛੇਤੀ ਕਰ ਦਿੰਦਾ ਹੈ, ਪਲੀਜ਼ ਮੈਨੂੰ ਨਾ ਸਬਸਕ੍ਰਾਈਬ ਜ਼ਰੂਰ ਕਰੋ।
ਪਲੀਜ਼ ਚਲੋ 2000 ਦੇ ਦਿਓ ਮੈਨੂੰ ਵਿਊ ਤੁਹਾਨੂੰ ਮੈਂ ਕਿਹਾ ਸੀ ਨਾ ਪਹਿਲੀ ਵੀਡੀਓ 'ਚ ਕਿ ਮੈਂ ਤੁਹਾਨੂੰ ਸਬਜ਼ੀ ਬਣਾ ਕੇ ਫਿਰ ਦਿਖਾਵਾਂਗੀ ਹੁਣ ਮੈਂ ਇਸ ਵੀਡੀਓ 'ਚ ਦੇਖੋ ਫਿਰ ਗਾਜਰ ਆਵਾਂਗੀ ਇੱਕ ਠੀਕ ਹੈ ਤੜਕਾ ਜਾਂਦਾ ਲੱਗੀ ਆਪਾਂ ਪਾ ਲਈਏ ਥੋੜ੍ਹੀ ਜਿਹੀ ਇਹਦੇ 'ਚ ਜੀਰਾ ਆਪਾਂ ਗਰਮ ਮਸਾਲਾ ਨਹੀਂ ਵਰਤਦੇ ਹੈਗੇ ਅਤੇ ਐਸਿਡ ਬਹੁਤ ਜ਼ਿਆਦਾ ਬਣ ਜਾਂਦਾ ਆ ਇਸ ਕਰਕੇ ਸਾਡੇ ਘਰ 'ਚ ਨਹੀਂ ਵਰਤਿਆ ਜਾਂਦਾ ਸਾਡੇ ਘਰ 'ਚ ਸਾਦੀ ਸਬਜ਼ੀ ਖਾਂਦੇ ਆ ਅਤੇ ਐਵੇਂ ਕਹਿੰਦੇ ਉਸ ਦੇ ਕੈਪਸੂਲ ਦੇ ਦਿਓ ਫਲਾਮੀ ਦੇ ਕੈਪਸੂਲ ਦੇ ਦਿਓ ਨੋ ਦੇਖੋ ਸੈਂਪਲ ਔਰ ਸਾਦੀ ਕਲਰਫੁੱਲ ਮੇਰਾ ਦਿਓਰ ਸੀਗਾ ਕੋਈ ਮਾਇੰਡ ਨਾ ਕਰਿਓ ਗੱਲ ਇਹ ਆਪਾਂ ਪੰਜਾਬੀਆਂ ਦੀ ਉਹ ਆ ਠੀਕ ਹੈ ਮਾਇੰਡ ਨਾ ਕਰਿਓ ਗੱਲ ਕਰੀਏ ਪੰਜਾਬੀ ਚੱਲਦੇ ਰਹਿੰਦਾ ਮਾੜਾ ਮੋਟਾ ਵਧੀਆ ਚ ਕਿਸੇ ਕੰਮ ਭੁੱਲ ਗਿਆ ਹੋਣਾ ਆ ਕੰਮ ਭੁੱਲ ਕਰਕੇ ਉਹਨੂੰ ਭੁੱਲ ਗਿਆ ਤਾਂ ਕਹਿੰਦਾ ਉਹ ਚੱਲਦੀ ਜੋ ਵੀ ਚੱਲਦੀ ਪਈ ਠੀਕ ਹੈ ਸੋਰੀ ਮੈਂ ਸਭ ਮੰਗ ਲਈ ਆ ਥੋੜ੍ਹੀ ਪਾਉਂਗੇ ਆਪਾਂ ਮਿੱਠੀ ਠੀਕ ਹੈ ਕਸੂਰੀ ਕਹਿ ਦਿੰਦੇ ਆ ਕਸੂਰੀ ਮੇਥੀ ਆਪਾਂ ਮੇਥੀ ਵੀ ਬੀਜਾਂਗੇ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਾਂਗੇ ਜੋ ਆਪਾਂ ਸਬਜ਼ੀਆਂ ਬੀਜਾਂਗੇ ਨਾ ਆਪਣੇ ਘਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਦੇਖੋ ਮਸਾਲਾ ਬਣ ਗਿਆ ਨਾ ਮਸਾਲਾ ਦੇਖੋ ਇੰਨਾ ਸੋਹਣਾ ਬਣ ਗਿਆ ਮਸਾਲਾ ਹੁਣ ਇਹਦੇ 'ਚ ਪਾ ਦਾਂਗੇ ਆਪਾਂ ਆਹ ਵਾਲੀ ਸਬਜ਼ੀ ਸਾਰੀ ਠੀਕ ਹੈ ਦੇਖੀ ਨਹੀਂ ਅਸਲੀ ਗਾਜਰਾਂ ਆ ਇੰਡੀਅਨ ਗਾਜਰਾਂ $7 ਦੀਆਂ 4 ਗਾਜਰਾਂ $7 ਦੀਆਂ ਇੰਨੀ ਮਹਿੰਗੀ ਆ ਇੱਥੇ ਕਨੇਡਾ 'ਚ ਵੀ ਹੁਣ ਖਾਣੀ ਤਾਂ ਹੈ ਨਾ ਚੀਜ਼ ਲਓ ਜੀ ਜੀ ਆਪਣੀ ਸਬਜ਼ੀ ਹੋ ਗਈ ਤਿਆਰ ਦੇਖੋ ਜੀ ਦੇਖੋ ਬਣ ਗਈ ਨਾ ਕਿੰਨੀ ਸੋਹਣੀ ਸਬਜ਼ੀ ਸਬਜ਼ੀ ਕਿੰਨੀ ਆ ਮੈਨੂੰ ਲੱਗਦਾ ਥੋੜ੍ਹੀ ਜਿਹੀ ਮਟਰ ਘੱਟ ਆ ਜੇ ਪੈਸੇ ਨਾਲ ਮਟਰ ਮਟਰ ਤੁਹਾਡੇ ਨੂੰ ਕੀ ਪਾਣ ਆਇਆ ਹੁਣ ਆਇਆ ਆਲੂ ਥੋੜੇ ਕਿ ਅਸੀਂ ਵੀ ਮਿਰਚਾਂ ਟੁੱਕਦੇ ਪਏ ਹਾਂ ਇਹਨਾਂ ਨੂੰ ਕਰਕੇ ਫਰੀਜ ਰੱਖਣਾ ਮੇਰਾ ਕੰਮ ਇਹੋ ਜਿਹੀ ਹੈ ਝੱਲੇ ਬੱਲੇ ਜੇ ਠੀਕ ਹੈ ਨਾ ਮਾਇੰਡ ਨਾ ਕਰਿਓ ਮੈਂ ਨਹੀਂ ਹੈਗੀ ਵੀਡੀਓ ਮੋਰ 'ਚ ਲੈ ਮੈਨੂੰ ਵੀ ਦਿਖਾ ਦਿਓ ਸਾਨੂੰ ਕੱਟਣ ਦੀ ਦੇਖ ਲਓ ਇੱਧਰ ਮਾਇੰਡ ਨਾ ਕਰਿਓ ਕਿਸੇ ਗੱਲ ਦਾ ਵੀ ਠੀਕ ਹੈ ਮੇਰਾ ਕੰਮ ਇਹ ਜਿੰਦਲੂ ਜਿਹੀ ਆ ਹੱਥ ਕਿਤੇ ਉਹਨਾਂ ਦਾ ਲੈ ਇੱਕ ਲੱਤ ਕਿਤੇ ਹੁੰਦੀ ਇੱਕ ਕਿਤੇ ਹੁੰਦੀ ਆ ਮੇਰੀ ਉਹ ਸਬਜ਼ੀ ਨੂੰ ਕੜਛੀ ਮਾਰਿਓ ਠੀਕ ਹੈ ਜੀ ਕਹਿੰਦੇ
ਹੁੰਦਾ। ਲਓ ਆਪਾਂ ਲਈ ਚਾਰ ਆਲੂ। ਮੈਡਮ ਜੀ ਕੈਮਰਾ ਉੱਧਰ ਘੁਮਾਓ ਜੀ, ਮੇਥੀ ਦੀ ਸਮੈਲ ਆ ਰਹੀ ਆ ਬਹੁਤ ਜ਼ਿਆਦਾ। ਧੋਲਿਆ ਆਲੂ ਆਪਾਂ ਚਾਰ, ਵਾਸ਼ ਕਰ ਲਏ। ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਦੇਣਾ ਹੈ। ਆਲੂ ਵੀ ਘੱਟ ਲੱਗੇ ਸੀ ਮੈਨੂੰ ਮਟਰ ਵੀ। ਪਰ ਪਰ ਅਸੀਂ ਵੀ ਖਾਣਾ ਜੇ ਨਾਲ, ਕਹਿੰਦਾ ਮੇਰੇ ਟਿਫਨ ਭਰ ਕੇ ਨਾ ਡੱਬਾ ਇੱਕ ਫਰਿੱਜ 'ਚ ਲਾ ਦੀ, ਮੈਂ ਥੱਕਦਾ ਨਹੀਂ ਖਾਂਦਾ ਸਬਜ਼ੀ। ਮੈਂ ਘਰ ਵਾਲਾ ਬੋਲਿਆ, ਮੈਂ ਬਾਕੀ ਨਾਲ ਕੇ ਜਾਣਗੇ, ਤੁਸੀਂ ਇਕੱਲੇ ਖਾਓਗੇ ਤਾਂ ਇਕੱਲੇ ਨਹੀਂ ਖਾਣ ਦਿੰਦੇ, ਆਪਾਂ ਸਾਰਿਆਂ ਨੂੰ ਖਾਵਾਂਗੇ। ਜਾਏ ਠੋਂਗਣਾ ਲਾਈਏ ਬੀਬੀ ਬੁਰਕੀ ਲਵਾ, ਅਸੀਂ ਕਹਾਂਗੇ ਬਾਪੂ ਬੁਰਕੀ ਲਵਾ ਖਾਣਾ ਉਵੇਂ ਆ। ਠੀਕ ਹੈ, ਹੁਣ ਬਾਤੇ ਆਪਾਂ ਆਲੂ ਹੋਰ ਦੇਖੋ ਜੀ। ਹੁਣ ਰੂਪ ਸਬਜ਼ੀ ਦਾ ਆ ਵਾਲੀ ਲੁਕਿਆ, ਠੀਕ ਹੈ ਜੀ। ਤੁਹਾਡੇ ਮੂੰਹ 'ਚ ਵੀ ਪਾਣੀ ਪਾਉਂਦਾ ਵਾ, ਮੇਰੇ 'ਤੇ ਆ ਗਿਆ। ਮੰਮੀ ਦੀ ਸਬਜ਼ੀ ਬਣ ਗਈ ਆ। ਚਲੋ ਫਿਰ ਮੇਰੀ ਸਬਜ਼ੀ ਬਣ ਜਾਣੀ ਆ। ਪਲੀਜ਼ ਮੇਰੀ ਵੀਡੀਓ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਠੀਕ ਹੈ, ਮੈਂ ਤਾਂ ਲਗਾ ਲਵਾਂ ਤੁਹਾਨੂੰ ਕਿੰਨਾ ਹਸਾਇਆ। ਤੁਸੀਂ ਵੀ ਖੁਸ਼ ਹੋ ਕੇ ਨਾ ਸਬਸਕ੍ਰਾਈਬ ਕਰੋ ਤਾਂ ਲਾਈਕ ਕਰੋ, ਚੰਗਾ। ਤੁਹਾਡੀ ਭੈਣ ਐਂ ਹੀ ਪਸੰਦ ਹੀ ਰਹੋਗੀ ਤੁਹਾਨੂੰ। ਓਕੇ, ਬਾਏ ਬਾਏ, ਮਿਲਦੇ ਹਾਂ ਅਗਲੀ ਵੀਡੀਓ 'ਚ।